ਦੋਸਤੋ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਕੁਝ ਪੋਸਟਾਂ ਤੇ ਵਾਤਾਵਰਣ ਪ੍ਰੇਮੀ ਵੀ ਚਿੰਤਤ ਹੈ ਕਿ ਇਸ ਵਾਰ ਨਿੰਮ ਦੇ ਦਰਖਤ ਨਹੀਂ ਫੁੱਟ ਰਹੇ ਆ ਮੇਰੇ ਪਿੱਛੇ ਇੱਕ ਨਿੰਮ ਦਾ ਦਰਖਤ ਹੈ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਲੱਖਾਂ ਕਰੋੜਾਂ ਦਰਖਤ ਨੇ ਜਿਹੜੇ ਨਿੰਮ ਦੇ ਦਰਖਤ ਨੇ ਤੇ ਇਸ ਵਾਰ ਨਹੀਂ ਫੁੱਟੇ ਅਕਸਰ ਹੀ ਜਦੋਂ ਪਾਚੜ ਆਉਂਦੀ ਹੈ ਤਾ ਦਰਖਤਾਂ ਦੇ ਪੱਤੇ ਝੜ ਜਾਂਦੇ ਦਰਖਤ ਕਿਵਾਰ ਜਿਹੜੇ ਆ ਬਹੁਤੇ ਦਰਖਤ ਰੋਡੇ ਭੋਡੇ ਜਿਵੇਂ ਕਹਿ ਲਿਓ ਹੋ ਜਾਂਦੇ ਆ ਬਿਲਕੁਲ ਜਿਵੇਂ ਆਹ ਦਰਖਤ ਦੀ ਤਸਵੀਰ ਦਿਖਾ ਦਈਏ ਕਿ ਇਸ ਤਰੀਕੇ ਨਾਲ ਹੋ ਜਾਂਦੇ ਆ ਪਰ ਉਸ ਤੋਂ ਬਾਅਦ ਜਿਵੇਂ ਬਸੰਤ ਆਉਂਦੀ ਆ ਉਸ ਤੋਂ ਬਾਅਦ ਬਹਾਰ ਆਉਂਦੀ ਆ ਬਹਾਰ ਆਉਂਦੀ ਤਾਂ ਸਾਰੇ ਦਰਖਤ ਫੁੱਟ ਪੈਂਦੇ ਆ ਪਰ ਇਸ ਸਵਾਲ ਜਿਹੜੀ ਹੈ ਉਹ ਨਿੰਮ ਦਾ ਦਰਖਤ ਨਹੀਂ ਫੁੱਟਿਆ ਤਾਂ ਇਹਨੂੰ ਲੈ ਕੇ ਬਹੁਤ ਚਿੰਤਾ ਬਣੀ ਹੋਈ ਹੈ ਕਿਉਂਕਿ ਨਿੰਮ ਇੱਕ ਅਜੀਹਾ ਦਰਖਤ ਹੈ ਜਿਹੜਾ ਅਨੇਕਾਂ ਬਿਮਾਰੀਆਂ ਦਾ ਇਲਾਜ ਕਰਦਾ ਹੈ ਤੇ ਨਿੰਮ ਨੂੰ ਜਿਹੜੇ ਆ ਉਹ ਬਹੁਤੀਆਂ ਦਵਾਈਆਂ ਦੇ ਵਿੱਚ ਵੀ ਪਾਇਆ ਜਾਂਦਾ ਹੈ ਇਸ ਤੱਕ ਕਿ ਮਸ਼ਹੂਰੀਆਂ ਵੀ ਤੁਸੀਂ ਦੇਖਦੇ ਹੋ ਕਿ ਸਾਡੇ ਕਿਹਾ ਜਾਂਦਾ ਕਿ ਸਾਬਨਾਂ ਦੇ ਵਿੱਚ ਵੀ ਨਿੰਮ ਹੈ ਜੀ ਆ ਤੁਹਾਡੇ ਫੇਸ ਵਾਸ਼ ਦੇ ਵਿੱਚ ਵੀ ਜਿਹੜੀ ਹੈ ਉਹ ਨਿੰਮ ਹੈ ਤਾਂ ਨਿੰਮ ਇੰਨੀ ਗੁਣਕਾਰੀ ਜਿਹੜਾ ਦਰਖਤ ਹੈ ਕਿ ਇਹਦੀ ਵਰਤੋਂ ਬਹੁ ਮੈਡੀਸਿਨਸ ਦੇ ਵਿੱਚ ਤੇ ਆਮ ਘਰੇਲੂ ਜੇ ਜਿੰਨ ਤੋਂ ਡਿਟਾਲ ਦਾ ਸਮਾਂ ਨਹੀਂ ਸੀ ਜਦੋਂ ਇਹ ਇਸ ਤਰੀਕੇ ਦੀਆਂ ਜਿਹੜੀਆਂ ਉਹ ਕੈਮੀਕਲ ਨਹੀਂ ਚੱਲੇ ਸੀ ਉਦੋਂ ਜ਼ਖਮਾਂ ਨੂੰ ਧੋਣ ਦੇ ਵੀ ਕੰਮ ਆਉਂਦਾ ਸੀ ਤੇ ਇਹਦੀਆਂ ਗਟੋਲੀਆਂ ਜਾਂ ਨਮੋ ਵੀ ਕਹਿੰਦੇ ਆ ਉਹ ਅਸੀਂ ਖਾਂਦੇ ਸੀ ਨਿੱਕੇ ਹੁੰਦੇ ਤੇ ਕਹਿੰਦੇ ਹੁੰਦੇ ਸੀ ਕਿ ਫੋੜੇ ਵਗੈਰਾ ਨਹੀਂ ਹੁੰਦੇ ਪਰ ਇਸ ਵਕਤ ਇਹ ਖੁਦ ਰਖਤ ਜਿਹੜਾ ਦੂਜਿਆਂ ਨੂੰ ਬਿਮਾਰੀਆਂ ਤੋਂ ਮੁਕਤ ਕਰਦਾ ਉਹ ਖੁਦ ਇੱਕ ਬਿਮਾਰੀ ਨਾਲ ਪੀੜਤ ਪੂਰੇ ਪੰਜਾਬ ਦੇ ਵਿੱਚ ਇਹ ਦਰਖਤ ਫੁੱਟ ਨਹੀਂ ਰਹੇ ਇਹਨੂੰ ਲੈ ਕੇ ਕਈ ਖ਼ਵਾਰਾਂ ਦੇ ਵਿੱਚ ਕਈ ਜਗ੍ਹਾ ਉੱਤੇ ਇੱਕ ਰਿਪੋਰਟ ਵੀ ਛਪੀ ਹੈ ਕਿ 10-15 بڑے ਲੋਕ ਚਿੰਤਾ ਕਰਦਾ ਤੇ ਕਈ ਲੋਕ ਇਹਨਾਂ ਦਰਖਤਾਂ ਨੂੰ ਹੁਣ ਪੱਟ ਵੀ ਰਹੇ ਆ ਜਿਸ ਕਿਸੇ ਦੇ ਘਰੇ ਲੱਗਿਆ ਹੈ ਮੋਟਰ ਤੇ ਲੱਗਿਆ ਚਲੋ ਸਰਕਾਰੀ ਜਗ੍ਹਾ ਤੇ ਲੱਗਿਆ ਉਹਨਾਂ ਤਾਂ ਕੋਈ ਚੱਕਰ ਨਹੀਂ ਪਰ ਜਿੱਥੇ ਘਰੇ ਲੱਗਿਆ ਉਹ ਇਹਨੂੰ ਪੱਟ ਰਹੇ ਆ ਤਾਂ ਉਹਨਾਂ ਨੂੰ ਅਪੀਲ ਹੈ ਕਿ ਵਾਤਾਵਰਨ ਜਿਹੜੇ ਹੈ ਵਿਗਿਆਨਕ ਹੈ ਉਹਨਾਂ ਦੀ ਹੈ ਕਹਿਣਾ ਹੈ ਕਿ 10-15 ਦਿਨ ਵੇਟ ਕਰੋ ਇਹ ਦਰਖਤ ਫੁੱਟਣਗੇ ਇਸ ਵਾਰ ਕਹਿੰਦੇ ਆ ਦੋ ਤਰਕ ਹੈ ਪਹਿਲਾ ਤਰਕ ਕੀ ਹੈ ਕਿ ਇਸ ਵਾਰ ਕਹਿੰਦੇ ਕਿ ਠੰਡੇ ਪਈ ਹੈ ਜ਼ਿਆਦਾ ਜਿਹਦੇ ਕਰਕੇ ਨਿੰਮ ਤੇ ਬਹੁਤ ਵੱਡਾ ਅਸਰ ਹੋਇਆ ਉਹਨਾਂ ਇੱਕ ਬਿਮਾਰੀ ਦਾ ਸ਼ਿਕਾਰ ਹੋਈ ਹੈ 40 ਸਾਲਾਂ ਬਾਅਦ ਇਹ ਬਿਮਾਰੀ ਜਿਹੜੀ ਹੈ ਉਹ ਪੰਜਾਬ 'ਚ ਦੇਖਣ ਨੂੰ ਮਿਲੀ ਹੈ ਦੂਜਾ ਇੱਕ ਹੋਰ ਹੈ ਕਿ ਇੱਕ ਫੰਗਸ ਦਾ ਰੋਗ ਹੈ ਪਹਿਲਾ ਕਰਨਾਟਕਾ ਦੇ ਵਿੱਚ ਆਇਆ 2021 ਦੇ ਕਰੀਬ ਤੇ ਹੁਣ ਇਸ ਵਾਰ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹਨੂੰ ਫੰਗਸ ਰੋਗ ਜਿਹੜਾ ਉਹਨਾਂ ਨੂੰ ਹੋਇਆ ਸੋ ਫਿਰ ਵੀ ਜਿਵੇਂ ਕੁਝ ਪੰਜਾਬ ਦੇ ਜਿਹੜੇ ਆ ਉਹ ਜਿਹੜੇ ਵਾਤਾਵਰਣ ਪ੍ਰੇਮੀ ਹਾਂ ਉਹ ਇਹ ਕਹਿਣਾ ਕਿ ਇਹਨੂੰ 10-15 ਦਿਨ ਹਾਲੇ ਕੋਈ ਹੋਰ ਨਾ ਛੇੜੋ 10-15 ਦਿਨਾਂ ਬਾਅਦ ਲਗਭਗ ਜਿਹੜੇ ਆ ਇਹ ਫੁੱਟਨੇ ਸ਼ੁਰੂ ਹੋ ਸਕਦੇ ਆ ਇਹ ਵੱਡੇ ਚਾਂਸ ਹੈ ਕਿ ਇਹ ਫੁੱਟਨੇ ਸ਼ੁਰੂ ਹੋ ਸਕਦੇ ਆ ਕਿਉਂਕਿ ਇਹ ਪੂਰੀ ਤਰੀਕੇ ਨਾਲ ਡੈੱਡ ਨਹੀਂ ਹੋਏ ਇਹਨਾਂ ਤੇ ਬਹਾਰ ਨਹੀਂ ਆਈ ਦੁਬਾਰਾ ਇਹ ਆਪਣੇ ਆਪ ਨੂੰ ਨਹੀਂ ਅਜੇ ਖੜਾ ਕਰ ਸਕੇ ਪਰ ਇਹ ਦੁਬਾਰਾ ਖੜੇ ਹੋਣਗੇ ਦੁਬਾਰਾ ਫੁੱਟਣਗੇ ਦੁਬਾਰਾ ਇਹਨਾਂ ਤੇ ਹਰਿਆਲੀ ਆਵੇਗੀ ਨਿਮਨ ਨੂੰ ਲੈ ਕੇ ਇੱਕ ਹੋਰ ਚਿੰਤਾ ਬਣੀ ਹੋਈ ਹੈ ਕਿ ਜੇਕਰ ਇਹ ਨਹੀਂ ਫੁੱਟਦੇ ਤਾਂ ਪੰਜਾਬ ਸਰਕਾਰ ਨੂੰ ਅਪਰਾਲਾ ਕਰਨਾ ਚਾਹੀਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੈਂਪੇਨ ਚਲਾ ਕੇ ਲੱਖਾਂ ਦਰਖਤ ਦੁਬਾਰਾ ਲਗਾਉਣੇ ਚਾਹੀਦੇ ਆ ਕਿਉਂਕਿ ਨਿਮ ਜਦੋਂ ਅਸੀਂ ਵਾਤਾਵਰਨ ਦੇ ਵਿੱਚ ਹੁੰਦੀ ਹੈ ਤਾਂ ਵਾਤਾਵਰਨ ਦੇ ਵਿੱਚ ਫੈਲ ਰਹੀਆਂ ਬਿਮਾਰੀਆਂ ਨੂੰ ਵੀ ਵੱਡੇ ਪੱਧਰ ਤੇ ਉਤੇ ਕੰਟਰੋਲ ਕਰਦੀ ਹੈ ਤੇ ਜੇਕਰ ਕਹਿੰਦੇ ਵੀ ਇਹ ਨਾ ਰਹੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਨਮ ਜਾਂ ਜਿਹੜੇ 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 ਕਹ ਲਈਏ ਕਿ ਮੈਡੀਸਨ ਵਾਲੇ ਦਰਖਤ ਹੈ ਦਵਾਈਆਂ ਵਾਲੇ ਦਰਖਤ ਹੈ ਉਹਨਾਂ ਦੀ ਪੰਜਾਬ ਦੇ ਵਿੱਚ ਪਰਮਾਰ ਹੈ ਬਹੁਤ ਵੱਡੇ ਪੱਧਰ ਤੇ ਮਿਲਦੇ ਐ ਇੱਥੇ ਤੱਕ ਵੀ ਕਹਿਣਾ ਕਿ ਫਰੋਸ਼ਾ ਜਿਹੜਾ ਉਸ ਸਮੇਂ ਜਿਹੜਾ ਰਾਜਾ ਸੀ ਉਹ ਇੱਕ ਵਾਰ ਬਿਮਾਰ ਹੋ ਗਿਆ ਸੀ ਤੇ ਉਹ ਵੀ ਫਰੋਈਪੁਰ ਆ ਕੇ ਕਹਿ ਜਾਂਦਾ ਕਿ ਉਸ ਸਮੇਂ ਫਰੋਈਪੁਰ ਨਮ ਤਤੂਰਾ ਅੱਕ ਇਸ ਤਰੀਕੇ ਦੇ ਦਰਖਸ਼ੀਤਾ ਉੱਥੋਂ ਦੇ ਜਿਹੜੇ ਉਸ ਸਮੇਂ ਦੇ ਵੈਸ ਸੀ ਉਹਨਾਂ ਨੇ ਇੱਕ ਗੱਲ ਸਲਾਹ ਦਿੱਤੀ ਸੀ ਕਿ ਉੱਥੇ ਆ ਕੇ ਰੋ ਤਾ ਕਰਕੇ ਉਹ ਜਿਹੜੀ ਹੈ ਤੁਹਾਡੀ ਸਿਹਤ ਠੀਕ ਹੋ ਸਕਦੀ ਹੈ ਤਾਂ ਉਹ ਇੱਕ ਪਿੰਡ ਵਿੱਚ ਰਹਿ ਜਿਹਦਾ ਨਾਮ ਅੱਜ ਫਰੋਸ਼ਾ ਹੈ ਉੱਥੇ ਆ ਕੇ ਰਹੇ ਫਰੋਈਪੁਰ ਦੇ ਉਸ ਪਿੰਡ ਦੇ ਵਿੱਚ ਕਿਉਂਕਿ ਉੱਥੇ ਵੱਡੇ ਪੱਧਰ ਤੇ ਤਤੂਰਾ ਜਿਹੜੇ ਹੈ ਅੱਕ ਨਮ ਇਹ ਦਰਖਤ ਮੌਜੂਦ ਸੀ ਤਾਂ ਹੁਣ ਵੀ ਇਹੀ ਅਪੀਲ ਹੈ ਕਿ ਇਹ ਦਰਖਤ ਬਹੁਤ ਵੱਡੇ ਪੱਧਰ ਤੇ ਬਿਮਾਰੀਆਂ ਤੋਂ ਜਿਹੜਾ ਉਹ ਬਚਾਉਂਦਾ ਹੈ ਪਰ ਹੁਣ ਇਹਦੀ ਸਾਂਭ ਦੀ ਲੋੜ ਹੈ ਜੇ ਇਹ ਦੁਬਾਰਾ ਨਹੀਂ ਫੁੱਟਦੇ ਤਾਂ ਸਾਨੂੰ ਇਹ ਵੱਧ ਤੋਂ ਵੱਧ ਹੋਰ ਲਗਾਉਣ ਦੀ ਲੋੜ ਹੈ ਪਰ ਚਿੰਤਾ ਦਾ ਵਿਸ਼ਾ ਪੰਜਾਬ 'ਚ ਬਣਿਆ ਹੋਇਆ ਹੈ ਕਿ ਇਹ ਦਰਖਤ ਤੇ ਉੱਤੇ ਜਿਹੜੀ ਇਹ ਮਾਰ ਪਈ ਹੈ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਭਿਆਨਕ ਤੇ ਵੀ ਨਿਕਲ ਸਕਦੇ ਆ ਤੇ ਬੜੇ ਗੰਭੀਰ ਵਿਸ਼ਾ ਪਰ ਹਾਲੇ ਤੱਕ ਸਰਕਾਰ ਦੇ ਵਾਤਾਵਰਣ ਪ੍ਰੇਮੀ ਜਾਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਕਿਉਂ ਨਹੀਂ ਇਹਦੇ ਤੇ ਕੰਮ ਕਰ ਰਹੀਆਂ ਕਿਉਂ ਨਹੀਂ ਇਹ ਚੀਜ਼ ਲੋਕਾਂ 'ਚ ਲੈ ਕੇ ਆ ਰਹੀਆਂ ਕਿਦਾ ਇਲਾਜ ਕੀ ਕਰਨਾ ਚਾਹੀਦਾ ਹੈ ਕੀ ਪਾਉਣਾ ਚਾਹੀਦਾ ਤਾਂ ਜੋ ਇਹ ਦੁਬਾਰਾ ਫੁੱਟ ਸਕਣ ਸੋ ਨਮ ਸਾਡੇ ਆਮ ਹੀ ਘਰਾਂ ਦੇ ਵਿੱਚ ਲੱਗਣ ਵਾਲਾ ਦਰਖਤ ਬਿਮਾਰੀਆਂ ਤੋਂ ਬਚਾਉਣ ਵਾਲਾ ਦਰਖਤ ਮੈਡੀਸਨ ਵਾਲਾ ਦਰਖਤ ਤੇ ਜਿਹੜੇ ਕਹ ਲਈਏ ਕਿ ਐਂਟੀਬਾਇਓਟਿਕ ਜਿਹੜੀ ਹੈ ਵੀ ਉਹ ਵੀ ਕਹਿੰਦੇ ਇਹ ਚ ਗੁਣ ਹੁੰਦੇ ਆ ਸੋ ਇਸ ਕਰਕੇ ਅੱਜ ਦੀ ਇਹ ਵੀਡੀਓ ਦਾ ਮਕਸਦ ਕੁਝ ਹੋਰ ਨਹੀਂ ਸਿਰ ਪਈ ਹੈ ਕਿ ਇੱਕ ਤਾਂ ਨਿੰਮ ਨੂੰ 10-15 ਦਿਨ ਹੋਰ ਕਟੋੜਾ ਜੇ ਕਿਸੇ ਦੇ ਲੱਗੀ ਆ ਉਹਨੂੰ ਲੱਗਦਾ ਫਟ ਨਹੀਂ ਰਹੀ ਤਾਂ ਇਹ ਨਾ ਹੋਵੇ ਕਿ ਤੁਸੀਂ ਦਰਖਤ ਹੀ ਪਟੜਦੇ ਹੋ ਜਾਂ ਇਹਨੂੰ ਕੱਟਦੇ ਹੋ ਇਹਨੂੰ ਹਜੇ ਵੇਟ ਕਰੋ ਦੂਜੇ ਨੰਬਰ ਤੇ ਸਰਕਾਰ ਦੇਤੇ ਕੋਈ ਜਲਦੀ ਐਕਸ਼ਨ ਲਵੇ ਕੋਈ ਦਰਖਤ ਲਗਾਉਣ ਦੀ ਮਹਿੰਮ ਚਲਾਵੇ ਨਿੰਮ ਦੇ ਦਰਖਤ ਲਹਾਉਣ ਲਗਾਉਣ ਲਈ ਸਰਕਾਰੀ ਨਕਸ਼ਿਆਂ 'ਚ ਵੱਧ ਤੋਂ ਵੱਧ ਬੂਟੇ ਪਿੰਡਾਂ ਦੇ ਵਿੱਚ ਭੇਜੇ ਜਾਣ ਤਾਂ ਕਿ ਨਿੰਮ ਦੀ ਬਿਜਾਂ ਦਾ ਜਾਂ ਨਿੰਮ ਦੀ ਜਿਹੜੇ ਦਰਖਤ ਆ ਉਹ ਹੋਰ ਵੱਡੇ ਪੱਧਰ ਦੇ ਉੱਤੇ ਲਗਾਏ ਜਾਣ ਤੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਬਿਮਾਰੀ ਫੈਲਣ ਜਾਂ ਜਿੰਨੀਆਂ ਵੀ ਬਿਮਾਰੀਆਂ ਦਾ ਇਲਾਜ ਕਰਦੀ ਹੈ ਉਹ ਬਿਮਾਰੀਆਂ ਵਧਨ ਦੇ ਕਾਰਨ ਹੋਰ ਪੈਦਾ ਨਾ ਹੋਣ